ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਨੇ ਜਨਾਬ? ਤੁਸੀਂ ਵੇਖਦੇ ਹੋ ਏ ਡੀ ਟੀ ਵੀ ਦੇ ਮੌਜੂਦਾ ਮੇਜ਼ਬਾਨ ਜਨਾਬ ਅੱਲਾ ਤਜੋਈਆ। ਮਾਸ਼ਾਅੱਲਾ ਜਨਾਬ, ਵੀਡੀਓ ਜਿਹੜੀ ਬਣਾਉਣ ਲੱਗੇ ਜੀ, ਵੀਡੀਓ ਦੀ ਲੋਕੇਸ਼ਨ ਤਹਿਸੀਲ ਦੀਪਾਲਪੁਰ ਜ਼ਿਲ੍ਹਾ ਉਗਾੜਾ। ਵੀਡੀਓ ਦੇ ਵਿੱਚ ਪੰਜ ਜਾਨਵਰ ਖਾਣੇ ਨੇ ਬਰਾਮਦ, ਪੰਜ ਜਾਨਵਰਾਂ ਦਾ ਸ਼ੌਕ ਖਾਣਾ, ਪਰ ਅੱਜ ਰੇਟ ਇੰਝ ਦੇ ਹੋਣ ਦੇ ਬਰਾਤ ਸੁਣ ਕੇ ਆਖਣਗੇ ਵਾਕਈ ਜਨਾਬ ਕਮਾਲ ਹੋ ਗਿਆ ਜਨਾਬ, ਬੜਾ ਪਿਆਰਾ ਰੇਟ ਹੋਵੇਗਾ ਇਨਸ਼ਾਅੱਲਾ। ਪੰਜ ਜਾਨਵਰ ਨੇ, ਦੋ ਜਨਾਬ ਗਾਵਾਂ ਅਤੇ ਤਿੰਨ ਮੱਝਾਂ। ਮੱਝਾਂ ਦੇ ਵੀਰ ਭਰਾ ਜਨਾਬ ਚੈਨਲਾਂ 'ਤੇ ਰੇਟ ਅੱਜ ਕੱਲ੍ਹ ਸੁਣ ਰਹੇ ਨੇ, ਲੇਕਿਨ ਇਹਨਾਂ ਮੱਝਾਂ ਦੇ ਵੀ ਸੁਣ ਕੇ ਇਨਸ਼ਾਅੱਲਾ ਰੇਟ, ਮੱਝਾਂ ਬੜੀਆਂ ਪਿਆਰੀਆਂ ਹੋਣਗੀਆਂ, ਰੇਟ ਜਨਾਬ ਹੋਣਗੇ ਬਿਲਕੁਲ ਮੁਨਾਸਬ। ਬਾਕੀ ਜਨਾਬ ਦੋ ਗਾਵਾਂ ਅਤੇ ਤਿੰਨ ਮੱਝਾਂ, ਪੰਜ ਜਾਨਵਰਾਂ ਦੀ ਵੀਡੀਓ ਇਨਸ਼ਾਅੱਲਾ ਪੂਰੀ ਵੇਖਣੀ, ਭਰਾਵਾਂ ਨੂੰ ਮਜ਼ਾ ਆਵੇਗਾ। ਅਤੇ ਵਾਕਈ ਜਨਾਬ ਬਿਲਕੁਲ ਮੁਨਾਸਬ ਕੀਮਤ 'ਤੇ ਜਾਨਵਰ ਏ ਡੀ ਟੀ ਵੀ 'ਤੇ ਮਿਲਦੇ ਪਏ ਨੇ। ਕੈਮਰਾਮੈਨ ਪਹਿਲੇ ਨੰਬਰ ਵਾਲੀ ਜਿਹੜੀ ਵੱਛੀ ਲਾਇਆ ਜਾਂਦਾ ਕੈਮਰਾ, ਵੱਛੀ ਜਨਾਬ ਚੈੱਕ ਕਰ ਲੈਣੀ, ਮੂੰਹ 'ਚ ਡੋਂਦੀ ਚੌਗੀ ਵੱਛੀ, ਮਾਸ਼ਾਅੱਲਾ ਕੱਦ ਸ਼ਾਨ ਬੜਾ ਸੋਹਣਾ, ਥਣ ਗੁੱਲਾ ਫਿਰ ਇੰਝ ਦਾ ਹਰ ਗਾਨ ਨਾ ਉਸੇ ਜਿਵੇਂ ਸ਼ਾਹ ਕਾਲਾ ਥਣ ਲੱਗਿਆ ਹੋਇਆ। ਕਦ ਸ਼ਾਨ ਬੱਚੀ ਕੋਲ ਚੈੱਕ ਕਰਾ, ਫਰੀਜ਼ੀਅਨ ਚੋਲਸਤਾਨੀ ਦਾ ਕ੍ਰਾਸ, ਗਰਮੀ ਸਰਦੀ ਬਰਦਾਸ਼ਤ ਕਰਨ ਵਾਲਾ ਪੂਰਾ ਹੀਰਾ, ਸੂਈ ਵੀ ਤਾਜ਼ੀ, ਮੂੰਹ 'ਚ ਦੋਂਦੀ ਚੌਗੀ, ਵੰਡਾ ਜਨਾਬ ਭਰਾਵਾਂ ਦੇ ਸਾਹਮਣੇ ਆਉਣੀਆਂ ਨੇ। ਮਾਸ਼ਾਅੱਲਾ ਬੜਾ ਪਿਆਰਾ ਜਾਨਵਰ, ਬੜੀਆਂ ਸੋਹਣੀਆਂ ਵੰਡਾਂ, ਪੂਰੀ ਕਬੂਤਰੀ, ਮਾਸ਼ਾਅੱਲਾ ਕਦ ਸ਼ਾਨ ਬੜਾ ਸੋਹਣਾ, ਫਰੀਜ਼ੀਅਨ ਚੋਲਸਤਾਨੀ ਦਾ ਕ੍ਰਾਸ, ਗਰਮੀ ਸਰਦੀ ਬਰਦਾਸ਼ਤ ਕਰਨ ਵਾਲੀ, ਔਰ ਬਰੀਕ ਦੁੱਧ ਦੇਣ ਵਾਲੀ ਚੀਜ਼ ਹੈ। ਮਾਸ਼ਾਅੱਲਾ ਹਵਾਨਾ ਚੈੱਕ ਕਰ ਲੈਣਾ, ਥਣ ਚੈੱਕ ਕਰ ਲੈਣਾ, ਥਣ ਬੜਾ ਪਿਆਰਾ ਲੱਗਿਆ, ਸ਼ਾਹ ਕਾਲੇ ਗੁੱਲੇ ਨੇ ਬੱਚੀ ਦੇ ਕੋਲੇ, ਬੜਾ ਅੱਗੇ ਹੋ ਜਾਂਦੇ ਐਸਾ ਦੁਬਾਨਾ ਵਿਖਾਈਏ। ਮਾਸ਼ਾਅੱਲਾ ਬੜਾ ਪਿਆਰਾ ਜਾਨਵਰ, ਬੜੀਆਂ ਸੋਹਣੀਆਂ ਵੰਡਾਂ, ਲਓ ਜੀ ਮਾਸ਼ਾਅੱਲਾ ਹਵਾਨੇ ਦੀ ਮਜ਼ੀਦ ਤਸੱਲੀ ਕਰ ਲੈਣੀ, ਚੱਲ ਟਾਈਮ ਕਰਾਉਂਦੇ। ਮਾਸ਼ਾਅੱਲਾ ਥਣ ਬੜੇ ਪਿਆਰੇ ਲੱਗੇ ਨੇ, ਸ਼ਾਹ ਕਾਲੇ ਗੁੱਲੇ ਜਨਾਬ ਬੱਚੀ ਕੋਲੇ, ਅਤੇ ਵੰਡਾਂ ਬੜੀਆਂ ਪਿਆਰੀਆਂ ਨੇ ਬੱਚੀ ਕੋਲੇ। ਮਾਸ਼ਾਅੱਲਾ ਕੁਆਲਿਟੀ ਅਤੇ ਵੰਡ ਜਨਾਬ ਮੇਰੀ ਪੂਰੀ, ਕੱਦ ਸ਼ਾਨ ਬੜਾ ਸੋਹਣਾ, ਔਰ ਪੂਰਾ ਹੀਰੇ ਵਰਗਾ ਜਾਨਵਰ ਮਾਸ਼ਾਅੱਲਾ। ਅਤੇ ਬੱਚਾ ਪਿੱਛੇ ਮਜ਼ੀਦ ਬੱਚੀ ਅਤੇ ਬੱਚਾ ਇਹ ਵੀ ਜਨਾਬ ਕਲੀਅਰ ਕਰ ਲੈਂਦੇ ਹਾਂ। ਲਓ ਜੀ ਕਿਹੜਾ ਬੱਚਾ, ਲਓ ਜੀ ਇਹ ਜਨਾਬ ਇਹਦਾ ਬੱਚਾ ਜੇ, ਬੱਚਾ ਪਿੱਛੇ ਬੱਚਾ, ਅਤੇ ਵੈਡੀ ਜਨਾਬ ਤੁਹਾਡੇ ਸਾਹਮਣੇ। ਹਾਂਜੀ ਕਿੰਨਾ ਸਵਾਲ ਆਇਆ ਸੀ ਵੈਡੀ? ਪਹਿਲਾ ਸਵਾਲ ਆਇਆ। ਅੱਛਾ ਪਹਿਲਾ ਸਵਾਲ ਆਇਆ ਸੀ, ਅਤੇ ਮੂੰਹ 'ਚੋਂ? ਮੂੰਹ 'ਚ ਚਾਰ ਦਾ। ਮੂੰਹ 'ਚ ਚਾਰ ਦਾ ਸਵਾਲ ਪਹਿਲਾਂ, ਥੱਲੇ ਬੱਚਾ ਕਿੰਨਾ ਟਾਈਮ ਹੋ ਗਿਆ? ਇੱਕ ਹਫ਼ਤਾ ਹੋ ਗਿਆ ਸੂਈ। ਇੱਕ ਹਫ਼ਤੇ ਦੀ ਸੂਈ ਬਈ, ਅਤੇ ਕਿੰਨਾ ਦੁੱਧ ਪੱਕਾ ਪਿਛਵਾ? ਇੱਕ ਹਫ਼ਤੇ ਦੀ ਸੂਈ ਆਵੇ ਟਾਈਮ, ਦੁੱਧ ਪੱਕਾ ਚਵਾਉਂਦੀ ਵੀ 16 ਲੀਟਰ। ਮਾਸ਼ਾਅੱਲਾ ਗਰਮੀ ਸਰਦੀ ਬਰਦਾਸ਼ਤ ਕਰਨ ਵਾਲਾ ਜਾਨਵਰ, ਦੁੱਧ 16 ਲੀਟਰ ਲਾ ਚਵਾ ਦੀ ਚੰਗੀ ਹੈ? ਹਾਂਜੀ ਲਾ ਚਵਾ ਚੰਗੀ ਹੈ। ਅੱਛਾ ਦੁੱਧ ਜਨਾਬ 16 ਲੀਟਰ। ਹਾਂਜੀ ਅਤੇ ਪਿਆਰ ਅਤੇ ਮੁਹੱਬਤ ਵਾਲਾ ਇਹਦਾ ਮੁੱਲ ਕੀ ਕਰਨਾ? ਪਿਆਰ ਅਤੇ ਮੁਹੱਬਤ ਦਾ ਮੁੱਲ ਹੈ 3,40,000 ਰੁਪਇਆ। ਅੱਛਾ ਪਿਆਰ ਅਤੇ ਮੁਹੱਬਤ ਵਾਲਾ ਜਿਹੜਾ ਮੁੱਲ 3,40,000, ਫਾਈਨਲ ਕਿੰਨੇ ਦੀ ਦੇ ਦਿੰਦੇ? ਫਾਈਨਲ ਦੀ ਦੇ ਸਕਦੇ 3,35,000। ਫਾਈਨਲ 3,35,000 ਦੀ? ਲਓ ਜੀ 3,35,000 ਦੀ 16 ਕਿਲੋ ਸਾਰੀ ਕੋਲੇ ਦੁੱਧ ਹੈ, ਅਤੇ ਬੱਚਾ ਜਨਾਬ ਥੱਲੇ ਬੱਚਾ, ਮੂੰਹ 'ਚ ਚਾਰ ਦੰਦ। ਦੂਜੇ ਨੰਬਰ 'ਤੇ ਆ ਗਈ ਜਨਾਬ ਪਿਓਰ ਸਾਹੀਵਾਲ, ਜਿਹੜੇ ਬਰਾ ਜਨਾਬ ਸ਼ੌਕ ਕਰਦੇ ਨੇ ਕਿ ਪਿਓਰ ਸਾਹੀਵਾਲ ਹੋਵੇ ਅਤੇ ਮੁੱਲ ਵੀ ਥੋੜ੍ਹਾ ਹੋਵੇ, ਵੈਡ ਜਨਾਬ ਚੈੱਕ ਕਰ ਦੇਣੀ ਕਿ ਵਾਕਈ ਜਨਾਬ ਜੈਨਮਨ ਪਿਓਰ ਸਾਹੀਵਾਲ ਹੈ, ਬੜਾ ਸੋਹਣਾ ਕੱਦ ਕਾਠ, ਬੜਾ ਸੋਹਣਾ ਮੌਜੂਦ, ਅਤੇ ਮੁੱਲ ਬਿਲਕੁਲ ਮੁਨਾਸਬ ਕੀਮਤ ਦੇ ਵਿੱਚ, ਵੱਛੀਆਂ ਵਾਲੀ ਕੀਮਤ ਦੇ ਵਿੱਚ ਲਾਭ ਦੇਣੀ। ਮਾਸ਼ਾਅੱਲਾ ਰੇਟ ਵੱਛੀਆਂ ਵਾਲਾ ਹੋਣਾ ਵੈਡ ਦਾ, ਥਣ ਗੁੱਲੇ ਚੈੱਕ ਕਰ ਲੈਣੇ, ਰਵਾਨੇ ਦੇ ਪੱਧਰ ਚੈੱਕ ਕਰ ਲੈਣੇ ਨੇ, ਆਉਂਦੇ ਸੂਏ ਤਿਆਰ ਕਰਕੇ ਤੁਸੀਂ ਚੰਗੇ ਪੈਸਿਆਂ ਦੀ ਵੇਚ ਸਕਦੇ ਜੇ। ਇਹਦੇ ਤੋਂ ਨਸਲ ਬ੍ਰਾਹਮਣ ਵੀ, ਜਿਹੜੇ ਬ੍ਰਾਹਮਣ ਦਾ ਸ਼ੌਕ ਅੱਜ ਬੜਾ ਕਰ ਰਹੇ ਨੇ, ਉਹ ਜਨਾਬ ਇਹਨੂੰ ਬ੍ਰਾਹਮਣ ਦਾ ਸੀਮਨ ਵੀ ਰਖਾ ਸਕਦੇ ਨੇ, ਅਤੇ ਬਾਕੀ ਜਨਾਬ ਹਾਜ਼ਰ ਮੌਕੇ ਦੁੱਧ ਵੀ ਹੈ, ਅਤੇ ਕੀਮਤ ਕੋਈ ਬੱਚਾ ਇਹਦਾ ਬੱਚਾ। ਜਨਾਬ ਕਿੰਨੇ ਟਾਈਮ ਦੀ ਸੂਈ ਹੋਈ ਹੈ? 3 ਮਹੀਨੇ। ਲਓ ਜੀ 3 ਮਹੀਨਿਆਂ ਦਾ ਜਨਾਬ ਹੈ ਬੱਚਾ, ਥੱਲੇ ਕ੍ਰਾਸ ਤਰੀਕ ਦਾ। ਮਾਸ਼ਾਅੱਲਾ ਮਾਸ਼ਾਅੱਲਾ। ਹਾਂਜੀ ਬਾਜ ਕਿੰਨਾ ਵਾਰਾ ਲਾਇਆ ਸੀ? ਦੂਸਰਾ ਵਾਰਾ ਲਾਇਆ। ਦੂਜਾ ਵਾਰਾ ਲਾਇਆ ਸੂ? ਹਾਂਜੀ। ਅਤੇ ਬੱਚਾ ਥੱਲੇ ਕੀ ਸੂ? ਬੱਚਾ ਬੱਚਾ ਹੈ ਜੀ। ਬੱਚਾ ਜਨਾਬ ਹੈ ਬੱਚਾ, ਅਤੇ ਵਾਰਾ ਲਾਇਆ ਸੀ ਜਨਾਬ ਦੂਜਾ, ਇਵੇਂ ਹੀ ਦੂਜਾ ਵਾਰਾ ਬੱਚਾ ਥੱਲੇ ਬੱਚਾ, 3 ਮਹੀਨੇ ਦੀ ਸੂਈ ਹੋਈ। ਹਾਜ਼ਰ ਮੌਕੇ ਕਿੰਨਾ ਦੁੱਧ ਸੀ? 3 ਮਹੀਨੇ ਸੂਈ ਵੀ, ਹਾਜ਼ਰ ਮੌਕੇ 2 ਦਿਨ ਥੱਲੇ 10 ਲੀਟਰ ਦੁੱਧ ਆ। ਹਾਜ਼ਰ ਮੌਕੇ ਦੁੱਧ 10 ਲੀਟਰ? ਹਾਂਜੀ। ਅੱਛਾ
ਤੇ ਪਿਆਰ ਤੇ ਮੁਹੱਬਤ ਵਾਲਾ ਕੀ ਇਹਦਾ ਮੁੱਲ? ਕਹਿੰਦਾ ਜੀ ਪਿਆਰ ਦਾ ਮੁੱਲ ਹੈ 2,30,000 ਰੁਪਿਆ ਖਾਣਾ। ਲਓ ਜੀ ਪਿਆਰ ਤੇ ਮੁਹੱਬਤ ਵਾਲਾ ਜਿਹੜਾ ਇਹਦਾ ਮੁੱਲ ਜੀ ਫਾਈਨਲ ਤਿੰਨਾਂ ਮਹੀਨੇ ਦੀ ਸੂਈ ਹੋਈ ਜੀ 2,30,000 ਰੁਪਏ ਅੱਜ ਬੱਚੀਆਂ ਦੀ ਕੀਮਤ ਦੇ ਵਿੱਚ ਲੱਭਦੀ ਪਈ ਭਰਾਵਾਂ ਨੂੰ। ਬਾਕੀ ਜਨਾਬ ਅਗਲੇ ਸੂਏ ਤਿਆਰ ਕਰਕੇ ਚੰਗੀ ਕੀਮਤ ਵੀ ਲੱਭ ਜਾਣੀ ਹੈ ਤੇ ਜਿਹੜੇ ਬਰਾਜ ਸ਼ੌਕ ਕਰਦੇ ਨੇ ਬ੍ਰਾਹਮਣ ਦਾ ਉਹਨਾਂ ਜਨਾਬ ਬ੍ਰਾਹਮਣ ਦਾ ਸੀਮਨ ਖਾ ਕੇ ਅੱਗੇ ਜਨਾਬ ਆਪਣਾ ਸ਼ੌਕ ਦੇ ਵਿੱਚ ਇਜ਼ਾਫਾ ਕਰ ਸਕਦੇ ਖਾਣਾ ਬਾਣੇ ਦੀ ਕਲੀਅਰ ਹੋ ਸੀ ਤੇ 2,30,000 ਰੁਪਏ ਅੱਗੇ ਵਿਖਾਣੇ ਜਨਾਬ ਜੋਟੀਆਂ। ਲਓ ਜੀ ਅੱਗੇ ਤੀਸਰੇ ਨੰਬਰ ਤੇ ਆ ਗਈ ਜੋਟੀ ਮਾਸ਼ਾਅੱਲਾ। ਜੋਟੀ ਦੇ ਜਨਾਬ ਵੱਡੀਆਂ ਚੈੱਕ ਕਰ ਲੈਣੇ ਆ ਪੁੱਠੇ ਬੜੇ ਸੋਹਣੇ ਕੁਸ਼ਲ ਬਰੀਕ ਪਤਲੀ ਜੋਟੀ ਦੀ ਥਾਣਾ ਬਾਣੇ ਦੀ ਬੜੀ ਸੋਹਣੀ ਤੇ ਬਾਕੀ ਜਨਾਬ ਕੁਆਲਿਟੀ ਤੇ ਵੰਡ ਜਿਹੜੀ ਦਾ ਜੋਟੀ ਦੀ ਬਰਾਬਰ ਚੈੱਕ ਕਰ ਲੈਣੀ ਮਾਸ਼ਾਅੱਲਾ। ਬੜਾ ਸੋਹਣਾ ਆਰਡਰ ਸੋ ਬੜੀਆਂ ਸੋਹਣੀਆਂ ਵੰਡਾ ਸੋ ਮਾਸ਼ਾਅੱਲਾ। ਟੁੱਟੀ ਖੱਟੀ ਦੀ ਮਜ਼ੀਦ ਤਸੱਲੀ ਕਰ ਥਣ ਬੜਾ ਸੋਹਣਾ ਲੱਗਿਆ ਡੇਢੀ ਵਾਲਾ ਹਵਾਨਾ ਬੜਾ ਸੋਹਣਾ ਜਾਨ ਬਾਡੀ ਬੜੀ ਸੋਹਣੀ ਜੋਟੀ ਦੇ ਕੋਲੇ ਮਾਸ਼ਾਅੱਲਾ ਬਰੀਕ ਪਤਲੀ ਕੱਚ ਦੀ ਬਣੀ ਹੋਈ ਸਾਰੀ ਜੋਟੀ ਜੇ ਦੁੱਲੀ ਕੋਈ ਦਾ ਨਾਂ ਨਿਸ਼ਾਨ ਹੀ ਕੋਈ ਬਿਲਕੁਲ ਸਿਰ ਪੈਰ ਦੀ ਬੜੀ ਸੋਹਣੀ ਮਾਸ਼ਾਅੱਲਾ ਔਰ ਬਰੀਕ ਪਤਲੀ ਕੱਚ ਦੀ ਬਣੀ ਹੋਈ ਮਾਸ਼ਾਅੱਲਾ ਜੋਟੀ ਕੋਲੇ ਅੱਖ ਵੰਡ ਪੂਰੀ ਹਰ ਕੱਛੋਂ ਪੂਰੀ ਜੋਟੀ ਮਾਸ਼ਾਅੱਲਾ ਇਹਦਾ ਬੱਚਾ ਵਿਖਾਓ। ਲਓ ਜੀ ਇਹ ਜਨਾਬ ਇਹਦਾ ਬੱਚਾ ਕੱਟੀ ਕੱਟਾ। ਲਓ ਜੀ ਇਹ ਜਨਾਬ ਇਹਦੇ ਪਿੱਛੇ ਕੱਟਾ ਮਾਸ਼ਾਅੱਲਾ ਸਿਹਤਮੰਦ ਤੰਦਰੁਸਤ ਕੱਟਾ। ਜੋਟੀ ਕੋਲੇ ਵੰਡਾ ਚੈੱਕ ਕਰਨ ਕਿੰਨਵਾਂ ਵਾਰਾ ਲਾਇਆ ਜੀ? ਦੂਜਾ ਵਾਰਾ ਤੇ ਕਿੰਨਾ ਟਾਈਮ ਹੋ ਗਿਆ? 25 ਦਿਨ ਸੂਈ। ਅੱਛਾ 25 ਦਿਨ ਹੋ ਗਿਆ ਜਨਾਬ ਸੂਈ ਨੂੰ ਤੇ ਜੈਨ ਮਨ ਕਿੰਨਾ ਦੁੱਧ ਪੱਕਾ ਜਿਹੜਾ ਜੈਨ 25 ਦਿਨਾਂ ਸੂਈ ਲੈਂਦੇ ਮੇਰੇ ਕੋਲ ਜੈਨ ਮਨ ਪੱਕਾ ਦੁੱਧ ਹੈਗਾ 10 ਲੀਟਰ ਪੱਕਾ ਜਿਹੜਾ ਜੈਨ ਮਨ ਦੁੱਧ 10 ਲੀਟਰ ਅੱਛਾ 25 ਦਿਨਾਂ ਦੀ ਸੂਈ ਵੀ 10 ਲੀਟਰ ਦੁੱਧ ਸਾਰੇ ਜਨਾਬ ਕੱਟਾ ਕੀ ਇਹਦਾ ਮੁੱਲ ਪਿਆਰ ਤੇ ਮੁੱਲ? ਜੀ ਮੁੱਲ ਤਾਂ ਕਦੇ 3 ਲੱਖ। ਅੱਛਾ ਲੇਕਿਨ ਜਿੱਥੇ ਫਾਈਨਲ ਦੇ ਰਹੇ ਨੀ ਉਹ ਹੈਗਾ 2,80,000 ਦੀ ਫਾਈਨਲ ਜੀ। ਪਹਿਲੇ ਜਨਾਬ ਇੰਟਰਵਿਊ ਦੇ ਵਿੱਚ ਭਰਾਵਾਂ ਨੇ ਦੱਸਿਆ ਸੀ ਕਿ ਜਿਹੜੇ ਰੋਡ ਰੇਟ ਅੱਜ ਲੱਗਣੇ ਨੇ ਮੱਝਾਂ ਦੇ ਐਵੇਂ ਦੀ ਜਨਾਬ ਸੁਥਰੀਆਂ ਮੱਝਾਂ ਮਾਸ਼ਾਅੱਲਾ ਪਿਓਰ ਨੀਲੀ ਦੇ ਜਨਾਬ ਦਾਣੇ ਤੇ ਰੇਟ ਜਨਾਬ ਬਿਲਕੁਲ ਮੁਨਾਸਬ ਹੈ ਜੋਟੀ ਦਾ 2,80,000 ਰੁਪਇਆ ਫਾਈਨਲ ਡਿਮਾਂਡ ਜਨਾਬ 3 ਲੱਖ ਰੁਪਇਆ ਫਾਈਨਲ ਜਨਾਬ 2,80,000 ਮਾਸ਼ਾਅੱਲਾ ਬੜਾ ਪਿਆਰਾ ਦਾਣਾ ਟੁਰਦੀ ਫਿਰਦੀ ਦੀ ਮਜ਼ੀਦ ਤਸੱਲੀ ਕਰ ਲੈਣੀ ਖੂਬਸੂਰਤੀ ਕੁਆਲਿਟੀ ਵੰਡ ਦੀ ਪੂਰੀ 2,80,000 ਰੁਪਇਆ 10 ਲੀਟਰ ਦੁੱਧ 25 ਦਿਨਾਂ ਦੀ ਸੂਈ ਵੀ ਥੱਲੇ ਜਨਾਬ ਹੈ ਕੱਟਾ। ਲਓ ਜੀ ਮਾਸ਼ਾਅੱਲਾ ਚੌਥੇ ਨੰਬਰ ਤੇ ਆ ਗਏ ਜੀ ਸਾਰੀਆਂ ਨੀਲੀ ਦੀਆਂ ਮੱਝਾਂ ਨੇ ਮਾਸ਼ਾਅੱਲਾ ਮੱਝ ਦਾ ਸਿਰ ਪੈਰ ਚੈੱਕ ਕਰ ਲੈਣਾ ਬੜੀ ਸੋਹਣੀ ਬਿੱਲੀਆਂ ਦੋਵੇਂ ਅੱਖਾਂ ਥੱਲੇ ਕੱਟੀ ਵੀ ਬੜੀ ਜਾਂਦੇ ਚੰਗੀ ਜੇ ਥਾਣਾ ਬਾਨੇ ਦੀ ਬੜੀ ਸੋਹਣੀ ਕੱਦ ਸ਼ਾਨ ਬੜੀ ਵੱਡੀ ਮੱਝ ਹੈ ਮਾਸ਼ਾਅੱਲਾ ਇਹ ਤਾਂ ਦੁੱਧ ਤੋਂ ਜਦੋਂ ਖੁਸ਼ਕ ਹੋ ਜਾਂਦੀ 3 ਲੱਖ ਦੀ ਵੈਸੇ ਵੀ ਤੁਸੀਂ ਸੇਲ ਕਰ ਸਕਦੇ ਨੇ ਲੇਕਿਨ ਅੱਜ ਵੀ ਤੁਹਾਨੂੰ ਬੜੀ ਵਾਰੇ ਦੀ ਲੱਭ ਜਾਣੀ ਬਿਲਕੁਲ ਮੁਨਾਸਬ ਕੀਮਤ ਦੇ ਵਿੱਚ ਮੱਝ ਹੱਡੀਆਂ ਚੈੱਕ ਕਰ ਲੈਣੇ ਪੁੱਠੇ ਚੈੱਕ ਕਰ ਲੈਣੇ ਬੜੇ ਸੋਹਣੇ ਤੇ ਥਾਣਾ ਬਾਨਾ ਚੈੱਕ ਕਰ ਲੈਣੇ ਬੜਾ ਸੋਹਣਾ ਮਾਸ਼ਾਅੱਲਾ ਬੜੀਆਂ ਸੋਹਣੀਆਂ ਵੱਡਾ ਸੋਹਣਾ ਥਾਣਾ ਬਾਨਾ ਬੜਾ ਸੋਹਣਾ ਸੋਹਣੀ ਸ਼ਹਾਦੀ ਪੂਰੀ ਮੱਝ ਥੋੜ੍ਹੀ ਥੋੜ੍ਹੀ ਲਓ ਜੀ ਫਿਰਦੀ ਫਿਰਦੀ ਮੱਝ ਦੀ ਮਜ਼ੀਦ ਜਨਾਬ ਤਸੱਲੀ ਕਰਨ ਲਈ ਬਰਾਵਾਂ ਨੇ ਥਾਣਾ ਬਾਨਾ ਬੜਾ ਸੋਹਣਾ ਮਾਸ਼ਾਅੱਲਾ ਲਓ ਜੀ ਮਜ਼ੀਦ ਵੱਡਾ ਦੀ ਤਸੱਲੀ ਕਰ ਲੈਣੀ ਕਦ ਸ਼ਾਨ ਮੈਂ ਤਾਂ ਚੈੱਕ ਕਰ ਲੈਣਾ ਜੋਬਨ ਜਵਾਨੀ ਚੈੱਕ ਕਰਨਾ ਕੱਟੀ ਲਓ ਜੀ ਕੱਟੀ ਚੈੱਕ ਕਰ ਲੈਣੀ ਮਾਸ਼ਾਅੱਲਾ ਕੱਟੀ ਬੜੇ ਪੈਸਿਆਂ ਦੀ ਤੇ ਔਰ ਪੂਰੀ ਨਸਲੀ ਕੱਟੀ ਮਾਸ਼ਾਅੱਲਾ ਪਿੱਛੇ ਕੱਟੀ ਬੜੀ ਪਿਆਰੀ ਸੋ ਤੇ ਮੱਝ ਸਿਰ ਪੈਰ ਦੀ ਸਾਰੀ ਮੱਝ ਬੜੀ ਸੋਹਣੀ ਆ ਜੀ ਕਿੰਨਵਾਂ ਸਵਾਲ ਆਇਆ ਸੋ ਇਹਨੇ ਸਵਾਲ ਆਇਆ ਦੂਸਰਾ ਅੱਛਾ ਸਵਾਲ ਦੂਜਾ ਥੱਲੇ ਕੱਟੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ? ਹਾਂਜੀ ਸੂਈ ਨੂੰ ਹੋ ਗਏ 2 ਮਹੀਨੇ। ਅੱਛਾ 2 ਮਹੀਨੇ ਦੀ ਸੂਈ ਬਈ ਥੱਲੇ ਕੱਟੀ ਪੱਕਾ ਦੁੱਧ ਕਿੰਨਾ? ਪੱਕਾ ਦੁੱਧ 11 ਲੀਟਰ। ਅੱਛਾ ਪੱਕਾ ਦੁੱਧ 11 ਲੀਟਰ ਹਾਂਜੀ। ਅੱਛਾ 11 ਲੀਟਰ ਦੁੱਧ 2 ਮਹੀਨੇ ਦੀ ਸੂਈ ਵੀ ਲਾਚਵਾ ਦੀ ਗਰੰਟੀ? ਲਾਚਵਾ ਦੀ ਗਰੰਟੀ ਜੀ। 11 ਲੀਟਰ ਦੁੱਧ ਥੱਲੇ ਕੱਟੀ ਤੇ ਕੀ ਮੁੱਲ ਪਿਆਰ ਤੇ? ਇਹਨਾਂ ਦੀ ਪਿਆਰ ਤੇ ਮੁੱਲ ਦਾ ਮੁੱਲ ਹੈ 3,50,000 ਰੁਪਇਆ। ਪਿਆਰ ਤੇ ਮੁੱਲ ਦਾ ਜਿਹੜਾ ਮੁੱਲ 3,50,000 ਫਾਈਨਲ ਕਿੰਨੇ? ਫਾਈਨਲ ਜੀ 3,35,000। ਫਾਈਨਲ 3,35,000 ਦੀ ਮਾਸ਼ਾਅੱਲਾ ਸਾਰੀ ਮਹਿੰਗੀ ਬੜੀ ਚੰਗੀ ਜੀ।
ਬਿਲਕੁਲ ਮੁਨਾਸਿਬ ਕੀਮਤ ਦੇ ਵਿੱਚ ਮੱਝਾਂ ਨੇ ਜੀ 3,35,000 ਥੱਲੇ ਜਨਾਬ ਕੱਟੀ। ਲਓ ਜੀ ਮਾਸ਼ਾਅੱਲਾ ਤੀਸਰੇ ਨੰਬਰ 'ਤੇ ਮੱਝ ਦਾ ਤੀਸਰਾ ਨੰਬਰ ਔਰ ਵੀਡੀਓ ਦਾ ਜਨਾਬ ਪੰਜਵਾਂ ਨੰਬਰ। ਪੰਜਵੇਂ ਨੰਬਰ 'ਤੇ ਜਿਹੜੀ ਜੋਟੀ ਲੱਗ ਗਈ ਪੂਰੀ ਨਗੀਨਾ ਮਾਸ਼ਾਅੱਲਾ ਬੜੀ ਸੋਹਣੀ ਹੱਡੀਆਂ ਚੈੱਕ ਕਰ ਦੇਣੇ ਜੋਟੀ ਦੀਆਂ ਔਰ ਮੋਟੀ ਤਾਜ਼ੀ ਮਾਸ਼ਾਅੱਲਾ ਆਵਾਨਾ ਚੈੱਕ ਕਰ ਲੈਣਾ ਅਤੇ ਦੁੱਧ ਵਾਲੇ ਜਾਨਵਰ ਜਿਹੜੇ ਨੇ ਉਹ ਦੱਸ ਦਿੰਦੇ ਨੇ ਅਤੇ ਵਾਕਈ ਜਨਾਬ ਪੂਰੀ ਮੱਖਣ ਮਲਾਈ ਵਰਗੀ ਜੋਟੀ ਹੈ ਸ਼ਾਹ ਕਾਲੀ ਸਿਰ ਪੈਰ ਦੀ ਬੜੀ ਸੋਹਣੀ ਬੜੀਆਂ ਸੋਹਣੀਆਂ ਵੰਡਾਂ ਪੂਰੀ ਸ਼ਦਾਦੀ ਅਤੇ ਦੁਨੀ ਕੋੜੀ ਕਿਸੇ ਤਿੰਨਾਂ ਮੱਝਾਂ ਦੇ ਵਿੱਚੋਂ ਕਿਸੇ ਮੱਝ ਦੀ ਹੈ ਨਹੀਂ ਕਿਉਂਕਿ ਮੱਝਾਂ ਦੀਆਂ ਨਸਲਾਂ ਹੀ ਆਉਂਦੀਆਂ ਨੇ ਮਾਸ਼ਾਅੱਲਾ ਬੜੀਆਂ ਪਿਆਰੀਆਂ ਮੱਝਾਂ ਨੇ ਔਰ ਬੜੇ ਪਿਆਰੇ ਜਾਨਵਰ ਸਾਫ਼ ਸੁਥਰੇ ਬਰੀਕ ਪਤਲੀਆਂ ਮੱਝਾਂ ਮਾਸ਼ਾਅੱਲਾ ਦੁੱਧ ਦੇਣ ਵਾਲੇ ਜਾਨਵਰ ਨੇ ਅੱਜ ਕਿੰਨਾ ਵਾਰਾ ਲਾਇਆ ਸੀ ਇਹਨੇ ਵੀ ਜੀ ਦੂਸਰਾ ਵਾਰਾ ਦੂਜਾ ਵਾਰਾ ਹਾਂਜੀ ਅਤੇ ਇਹਦੇ ਕੋਲ ਕਿੰਨਾ ਦੁੱਧ ਹੈ ਇਹਦੇ ਕੋਲ ਦੁੱਧ ਹੈਗਾ 12 ਲੀਟਰ ਅੱਛਾ ਦੂਜਾ ਵਾਰਾ ਦੁੱਧ 12 ਲੀਟਰ ਬੱਚਾ ਪਿੱਛੇ ਕੀ ਬੱਚਾ ਕੋਈ ਨਹੀਂ ਹੈਗਾ ਬੱਚਾ ਮਾਰ ਗਿਆ ਬੱਚਾ ਇਹਦਾ ਮਰ ਗਿਆ ਬੱਚਾ ਹੈ ਹੀ ਨਹੀਂ ਬਗੈਰ ਬੱਚੇ ਤੋਂ ਤਾਂ ਮਿਲਦੀ ਕਿਵੇਂ ਬਾੜੇ ਦੀ ਮਿਲਦੀ ਹੈ ਅੱਛਾ ਬਾੜੇ 'ਚ ਮਿਲਦੀ ਹੈ ਜਨਾਬ ਅਤੇ ਦੁੱਧ 12 ਲੀਟਰ ਹਾਂਜੀ ਦੁੱਧ 12 ਲੀਟਰ ਸਹੀ ਬੱਚੇ ਬੱਚਾ ਨਹੀਂ ਹੈਗਾ ਪਿੱਛੇ ਜੀ ਬੱਚੇ ਤੋਂ ਇਲਾਵਾ ਸਾਰੀ ਮੱਝ ਦੇ ਕੋਲ 12 ਲੀਟਰ ਦੁੱਧ ਬਾਕੀ ਨਸਲ ਜ਼ਾਤ ਜਿਹੜੀ ਮੱਝ ਦੀ ਬਰਾਬਰ ਦੇ ਸਾਹਮਣੇ ਕੀ ਮੁੱਲ ਪਿਆਰ ਦੇ ਮੁੱਲ ਪਿਆਰ ਦੇ ਮੁੱਲ ਦਾ ਮੁੱਲ ਹੈ 3,40,000 ਰੁਪਏ 3,40,000 ਫਾਈਨਲ ਕਿੰਨੇ ਦੇ ਦੇ ਬੱਚਾ ਵੀ ਨਹੀਂ ਹੈਗਾ ਨਾ ਬੱਚੇ ਦੇ ਵੀ ਵਿੱਚੋਂ ਕੱਢੀ ਫਾਈਨਲ ਦੇ ਸਰ 3,30,000 3,30,000 ਦੀ ਫਾਈਨਲ 3,30,000 ਦੀ ਮੱਝਾਂ ਦੇ ਜਨਾਬ ਰੇਟ ਚੈੱਕ ਕਰ ਲੈਣੇ ਨੇ ਕਿ ਇਹ ਜਿਹੜੀ ਜੋਟੀ ਜਨਾਬ ਪਿਓਰ ਨੀਲੀ ਦਾ ਦਾਣਾ ਇਹ ਜਨਾਬ 2,80,000 ਦੀ ਅਤੇ 3,30,000 ਦੀ ਅਤੇ ਅੱਗੇ ਜਨਾਬ ਜਿਹੜੀ ਮਾਸ਼ਾਅੱਲਾ 3,40,000 ਦੀ 3,40,000 ਦੀ ਜਿਹੜੀ ਹੈ ਤੁਸੀਂ ਮੱਝ ਕੱਟੀ ਵਾਲੀ ਵੇਖ ਰਹੇ ਨੇ ਕਿ ਇਹਦਾ ਰੇਟ ਥੋੜ੍ਹਾ ਜਿਹਾ ਇਹਨਾਂ ਨਾਲੋਂ ਜ਼ਿਆਦਾ ਹੈ ਕਿ ਇਹਦੇ ਪਿੱਛੇ ਕੱਟੀ ਬੜੀ ਚੰਗੀ ਕੱਟੀ ਜਨਾਬ 40,000 ਤੋਂ 50,000 ਰੁਪਏ ਦੀ ਹੈ ਹਾਜ਼ਰ ਮੌਕੇ ਬਾਕੀ ਜਨਾਬ ਨੰਬਰ ਹੁੰਦਾ ਸਾਡਾ 0300-186-3232 0300-186-3232 ਜਨਾਬ ਸਾਡੇ ਕਾਲ ਔਰ ਵਟਸਐਪ ਦਾ ਨੰਬਰ ਹੈ ਜੀ ਸਾਡੇ ਕੋਲ ਬਿਹਤਰੀਨ ਮੱਝਾਂ ਔਰ ਗਾਵਾਂ ਖਰੀਦਣ ਵਾਸਤੇ ਸਾਡੇ ਇਸ ਨੰਬਰ 'ਤੇ ਰਾਬਤਾ ਕਰ ਲੈਣਾ ਜੀ 0300-186-3232 0300-186-3232 ਜਨਾਬ ਸਾਡੇ ਕਾਲ ਔਰ ਵਟਸਐਪ ਦਾ ਨੰਬਰ ਹੈ ਜੀ ਸਾਡੇ ਕੋਲ ਬਿਹਤਰੀਨ ਮੱਝਾਂ ਔਰ ਗਾਵਾਂ ਖਰੀਦਣ ਵਾਸਤੇ ਸਾਡੇ ਇਸ ਨੰਬਰ 'ਤੇ ਰਾਬਤਾ ਕਰ ਲੈਣਾ ਜੀ ਮਿਲਦੇ ਹਾਂ ਜਨਾਬ ਇੱਕ ਅੱਛੀ ਨਵੀਂ ਖੂਬਸੂਰਤ ਅਨਮੋਲ ਔਰ ਲਾਜਵਾਬ ਵੀਡੀਓ ਦੇ ਨਾਲ ਅੱਲਾ ਨਿੱਕੇ ਪਾਉਣ।